ਇੱਧਰ ਜੀ ਆਪਾਂ ਨੇ ਮਿਰਚਾਂ ਦੇ ਪੇਡੇ ਲਾਏ ਹੋਏ ਸੀਗੇ ਹਨਾ। ਬਾਕੀ ਆ ਇੱਕ ਮਿਰਚ ਦਾ ਪੇਡਾ ਜਿਹੜਾ ਸੁੱਕ ਗਿਆ, ਤੇ ਇੱਧਰ ਆ ਹਰੀਆਂ ਖੜੀਆਂ ਨੇ ਜੀ। ਇਸ ਕਰਕੇ ਨਾ ਆਪਾਂ ਨੇ ਆ ਦੇਖੋ ਆ ਪੇਡਾ ਜਿਹੜਾ ਲਿਆਂਦਾ ਨਾ, ਲੱਗਿਆ ਲਗਾਈ ਲਿਆਂਦਾ ਜੀ। ਆਪਣੇ ਤਾਂ ਤਕਰੀਬਨ ਹੋ ਹੀ ਜਾਂਦੀਆਂ ਨੇ ਮਿਰਚਾਂ ਇੱਥੇ ਹਮੇਸ਼ਾ ਹੀ। ਇੱਕ ਤਾਂ ਆਪਾਂ ਨੇ ਆਹ ਪੇਡਾ ਲਿਆਂਦਾ ਜਿਹਦੇ ਉੱਤੇ ਆ ਦੇਖੋ ਮਿਰਚਾਂ ਲੱਗੀਆਂ ਹੋਈਆਂ ਨੇ ਤੇ ਫੁੱਲ ਆਏ ਹੋਏ ਨੇ। ਇੱਕ ਪੇਡਾ ਟਮਾਟਰਾਂ ਦਾ ਲਿਆਂਦਾ, ਇਹਨੂੰ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਆਹ ਟਮਾਟਰ ਲੱਗਿਆ ਹੋਇਆ ਜੀ। ਅਤੇ ਇੱਧਰ ਮਿਰਚਾਂ ਨੂੰ ਮਿਰਚਾਂ ਲੱਗੀਆਂ ਹੋਈਆਂ ਨੇ। ਇਹ ਪੇਡੇ ਤਾਂ ਲਿਆਉਂਦੇ ਨੇ ਭੈਣੇ, ਕਈ ਵਾਰ ਆਪਾਂ ਨਾ ਭੈਣਾਂ ਕਈ ਕਹਿਣ ਲੱਗ ਜਾਂਦੇ ਨੇ ਵੀ ਤੁਹਾਡੇ ਤਾਂ ਮਿਰਚਾਂ ਹੋ ਜਾਂਦੀਆਂ ਨੇ, ਜਿਹੜੀ ਵੀ ਚੀਜ਼ ਲਾਉਂਦੇ ਉਹ ਵੀ ਸਾਡੇ ਹੁੰਦੀ ਨਹੀਂ ਜੇ ਨਹੀਂ ਹੁੰਦੀ। ਉਹ ਮਿੱਟੀ ਦਾ ਫਰਕ ਪੈਂਦਾ ਜੀ, ਜਿਵੇਂ ਆਪਾਂ ਘਰ ਦੀਆਂ ਮੱਝਾਂ ਦਾ ਰੇਹ ਪਾਉਂਦੇ ਹਾਂ ਅਤੇ ਐਵੇਂ ਆਪਾਂ ਪੇਡੇ ਲੱਗੇ ਲਗਾਏ ਲਿਆ ਕੇ ਵੀ ਜੀ ਆਪਣੀ ਧਰਤੀ 'ਚ ਲਾ ਸਕਦੇ ਹਾਂ, ਫਿਰ ਉਹਦੀ ਕੇਅਰ ਕਰ ਸਕਦੇ ਹਾਂ ਰੇਹ ਵਗੈਰਾ ਪਾਣੀ ਵਗੈਰਾ ਪਾ ਕੇ, ਪਰ ਦੇਸੀ ਰੇਹ ਹੀ ਪਾਉਣਾ ਜੀ ਘਰ ਦਾ। ਆਪਾਂ ਪੇਡੇ ਲੱਗੇ ਲਗਾਏ ਤਾਂ ਲਿਆਉਂਦੇ ਸੀ, ਉਹ ਪੇਡੇ ਆਪਣੇ ਛੋਟੇ ਨੇ ਜਾਨੂੰ, ਇਹਨਾਂ ਤੋਂ ਆਪਾਂ ਮਿਰਚਾਂ ਲੈ ਲਿਆ ਕਰਾਂਗੇ, ਇੰਨੇ ਨੇ ਉਹਨਾਂ ਨੇ ਵੱਡੇ ਹੋ ਜਾਣਾ ਹੁਣ ਇਹਨਾਂ ਨੂੰ ਹੈ ਦੇਖੋ ਕੋਈ ਨਾ, ਅਤੇ ਫਿਰ ਆਪਾਂ ਨੇ ਇਹ ਜੀ ਲਾ ਦੇਣੇ ਨੇ। ਹਾਜ਼ਰੀ ਦੇ ਵਿੱਚ ਬਣਾਵਾਂਗੇ ਜੀ ਆਪਾਂ ਆਲੂ ਦੇ ਪਰੌਂਠੇ, ਲਾਲ ਆਲੂ ਨੇ ਬਸ ਇਹ ਆਪਾਂ ਨੂੰ ਇੰਨੇ ਕੁ ਮੁੱਕਦੇ ਨਹੀਂ ਹੈਗੇ ਜੀ, ਇਹਨਾਂ ਨੂੰ ਪਹਿਲਾਂ ਆਪਾਂ ਉਬਾਲ ਲਾਂਗੇ ਫਿਰ ਇਹਦੀ ਪਿੱਠੀ ਤਿਆਰ ਕਰਾਂਗੇ। ਆਪਾਂ ਜੀ ਹਾਜ਼ਰੀ 'ਚ ਆਲੂ ਦੇ ਪਰੌਂਠੇ ਬਣਾਉਣ ਲਈ ਜਿਹੜੇ ਲਾਲ ਆਲੂ ਨੇ ਉਬਲਣੇ ਧਰਤੇ ਨੇ, ਇੰਨੇ ਆਪਾਂ ਸਮਾਨ ਇਕੱਠਾ ਕਰਦੇ ਹਾਂ ਜੀ। ਜਿਵੇਂ ਹਰੀਆਂ ਮਿਰਚਾਂ ਤੋੜਾਂਗੇ, ਹਰਾ ਧਨੀਆ ਲੈ ਕੇ ਆਵਾਂਗੇ, ਬਾਕੀ ਪਿਆਜ਼ ਪੂਜ ਕੱਟਾਂਗੇ, ਸਾਰਾ ਸਮਾਨ ਤਿਆਰ ਕਰਦੇ ਕਰਦੇ ਆਪਣੇ ਆਲੂ ਉਬਲ ਜਾਣੇ ਨੇ ਅਤੇ ਆਟਾ ਵੀ ਗੁੰਨਾਂਗੇ ਨਾਲ। ਆ ਦੇਖੋ ਜੀ ਮਿਰਚਾਂ ਪਾਣੀ ਪਾਉਣ ਲੱਗੇ, ਦੇਖੀਏ ਤਾਂ ਮਿੱਟੀ ਲੱਗ ਗਈ ਸਾਰੀ, ਤੋੜ ਲਾ ਤੋੜ ਲਾ ਤਾਂ ਹੀ ਫੁੱਟਣਗੀਆਂ ਹੋਰ। ਮੈਂ ਤੋੜਾਂ ਨਾ ਨਾ ਤੋੜ ਰਹੀ ਹਾਂ, ਮੈਂ ਚੱਲ ਪੇਡਾ ਛੋਟਾ ਮਿਰਚਾਂ ਬੜੀਆਂ ਨੇ ਤਾਂ ਬਚਾ ਬਚਾ ਤੋੜ ਰਹੀ ਹਾਂ। ਦੇਖੋ ਜੀ ਆਹ ਤਿੰਨ ਮਿਰਚਾਂ ਨਾ ਆਪਾਂ ਨੂੰ ਪਰੌਂਠਿਆਂ 'ਚ ਪਾਉਣ ਨੂੰ ਮੁੱਕਦੀਆਂ ਨਹੀਂ ਹੈਗੀਆਂ, ਅਤੇ ਆ ਮਿੱਟੀ ਲੱਗੀ ਹੈ ਇਹਨੂੰ ਧੋਵਾਂਗੇ ਜਾ ਕੇ। ਦੇਖੋ ਜਿੱਡਾ ਪੇਡਾ ਉੱਡੀਆਂ ਮਿਰਚਾਂ, ਆਪਾਂ ਇਹ ਤਿੰਨ ਮਿਰਚਾਂ ਤੋੜ ਲਈਆਂ, ਇੰਨੇ ਫੇਰ ਆ ਹੋਰ ਦੋ ਤਿਆਰ ਨੇ, ਇੱਕ ਉਹ ਲੱਗੀ ਹੋਈ ਹੈ ਇੱਕ ਇੱਧਰ ਲੱਗੀ ਹੋਈ ਹੈ, ਅਤੇ ਇੰਨੇ ਨੂੰ ਜਿਹਾ ਫੁੱਲ ਆ ਗਏ ਹੋਰ ਲੱਗ ਜਾਣੀਆਂ ਨੇ। ਹੁਣ ਆਪਾਂ ਤੋੜਨ ਚੱਲੇ ਹਾਂ ਜੀ ਧਨੀਆ। ਦੇਖੋ ਸਵੇਰੇ ਸਵੇਰੇ ਕਿੰਨਾ ਵਧੀਆ ਲੱਗ ਰਿਹਾ ਹੈ ਨਾ, ਹਾਲੇ ਤਾਂ ਠੰਡਾ ਠੰਡਾ, ਫਿਰ ਧੁੱਪ ਪੈਂਦੀ ਹੈ ਦਿਨ 'ਚ। ਖੁਰਪੀ ਲੈ ਕੇ ਜੜਾਂ ਤੋਂ ਘਾਹ ਨੂੰ ਪਰਾਂ ਸਿੱਟ ਦੋ।
ਇੱਧਰ ਜੀ ਆਪਾਂ ਨੇ ਦੇਖੋ ਤਾਜ਼ਾ ਤਾਜ਼ਾ ਧਨੀਆ ਤੋੜ ਲਿਆ, ਹਰੀ ਮਿਰਚ ਵੀ ਤਾਜ਼ੀ ਤਾਜ਼ੀ ਤੋੜੀ ਆ, ਹੁਣ ਪਿਆਜ਼ ਕੱਟ ਕੇ ਮਸਾਲੇ ਸਾਰੇ ਤਿਆਰ ਕਰਕੇ ਆਲੂ ਪਿੱਠੀ ਤਿਆਰ ਕਰਦੇ ਹਾਂ ਅਤੇ ਆਟਾ ਗੁੰਨਦੇ ਹਾਂ, ਫਿਰ ਛੱਕਦੇ ਹਾਂ ਜੀ ਪਰੌਂਠੇ। ਇੱਧਰ ਆਪਣੇ ਆਲੂ ਉਬਲ ਗਏ ਜੀ, ਇਹਨੂੰ ਛਿੱਲਦੇ ਹਾਂ, ਆਟਾ ਗੁੰਨਿਆ ਗਿਆ ਅਤੇ ਇੱਧਰ ਆਪਣਾ ਵਿੱਚ ਪਾਉਣ ਵਾਲਾ ਸਮਾਨ ਹੋ ਗਿਆ, ਜਿਵੇਂ ਆਪਾਂ ਆਹ ਪਿਆਜ਼, ਹਰੀ ਮਿਰਚ, ਧਨੀਆ ਭੁੱਜਿਆ ਹੋਇਆ ਜੀਰਾ, ਅਦਰਕ ਕੱਦੂਕਸ ਕਰਿਆ ਹੋਇਆ ਜੀ, ਇਹ ਸਾਰਾ ਸਮਾਨ ਆਪਾਂ ਵਿੱਚ ਪਾ ਕੇ ਆਲੂਆਂ ਦੀ ਪਿੱਠੀ ਤਿਆਰ ਕਰਕੇ ਹਾਜ਼ਰੀ 'ਚ ਆਲੂ ਦੇ ਪਰੌਂਠੇ ਬਣਾਉਂਦੇ ਹਾਂ ਜੀ। ਆਲੂ ਪਿੱਠੀ ਕਰ ਲਈ ਜੀ ਤਿਆਰ, ਵਿੱਚ ਆਹ ਹਰੀ ਮਿਰਚ, ਪਿਆਜ਼, ਧਨੀਆ, ਜੀਰਾ, ਅਦਰਕ, ਸਾਰਾ ਕੁਛ ਨਮਕ ਵਗੈਰਾ ਰਲਾ ਕੇ ਮਸਾਲੇ ਸਾਰਾ ਕੁਛ ਪਾ ਲਿਆ ਜੀ। ਦੇਖੋ ਆਪਣੀ ਕਿੰਨੀ ਸੋਹਣੀ ਪਿੱਠੀ ਤਿਆਰ ਹੋਈ ਆ। ਆਟਾ ਗੁੰਨਿਆ ਪਿਆ, ਇੱਧਰ ਆਪਾਂ ਨੇ ਦਹੀਂ ਪਾ ਲਿਆ ਜੀ, ਦਹੀਂ 'ਚ ਵੀ ਆਹ ਪੀਸਿਆ ਹੋਇਆ ਹਰਾ ਲੂਣ ਮਿਰਚ ਪਾ ਕੇ, ਅਤੇ ਹੁਣ ਪਰੌਂਠੇ ਬਣਾਉਂਦੇ ਹਾਂ ਜੀ ਗਰਮ ਗਰਮ, ਨਾਲੇ ਸਾਰਿਆਂ ਨੂੰ ਨਾਲ ਦੀ ਨਾਲ ਛਕਾਉਂਦੇ ਹਾਂ ਜੀ। ਤੁਸੀਂ ਵੀ ਛਕੋ ਭੈਣੇ ਸਾਡੇ ਨਾਲ ਜੀ ਗਰਮ ਗਰਮ ਪਰੌਂਠੇ, ਆਲੂ ਦੇ ਪਰੌਂਠੇ ਹਾਜ਼ਰੀ 'ਚ ਬਹੁਤ ਵਧੀਆ ਲੱਗਦੇ ਨੇ। ਹਾਂਜੀ ਹੁਣ ਆਪਾਂ ਬਣਾਉਣ ਲੱਗਦੇ ਹਾਂ ਜੀ ਆਲੂ ਦੇ ਪਰੌਂਠੇ, ਅਤੇ ਸਟਾਰਟ ਕਰਦੇ ਹਾਂ ਜੀ ਬਣਾਉਣੇ। ਸਭ ਤੋਂ ਪਹਿਲਾਂ ਆਪਾਂ ਇੱਕ ਪੇੜਾ ਲਵਾਂਗੇ, ਪੇੜਾ ਲੈ ਕੇ ਜੀ ਉਹਦਾ ਨਾ ਆਹ ਲੋਈਆ ਬਣਾਵਾਂਗੇ। ਇਹਦੇ ਵਿੱਚ ਜੀ ਨਾ ਆਪਾਂ ਫੁੱਲ ਆਲੂ ਭਰ ਦਾਂਗੇ, ਦੇਖੋ ਫੁੱਲ ਆਲੂ ਭਰਤੇ ਜੀ, ਜਿੱਡਾ ਬੜਾ ਪੇੜਾ ਲੋਈਆ ਉਨੇ ਹੀ ਆਲੂ ਭਰੇ ਨੇ। ਇਹਨੂੰ ਨਾ ਹੁਣ ਬਚਾ ਬਚਾ ਕੇ ਆਪਾਂ ਨੇ ਐਂ ਵਿੱਚ ਇਹਦੇ ਫੋਲਡ ਕਰ ਦੇਣਾ ਜੀ, ਐਂ ਆ ਦੇਖੋ ਪਹਿਲਾਂ ਪੇੜਾ ਬਣਾਇਆ ਫਿਰ ਲੋਈਆ ਫਿਰ ਇਹ ਕੌਲੀ ਜੀ ਬਣ ਗਈ ਜੀ, ਇਹਦੇ ਵਿੱਚ ਆਪਾਂ ਨੇ ਆਲੂ ਬਿਲਕੁਲ ਭਰਤੇ ਆ ਦੇਖੋ। ਅਤੇ ਹੁਣ ਆਪਾਂ ਨੇ ਜਿਹਨੂੰ ਆ ਦੇਖੋ ਬਿਲਕੁਲ ਬੰਦ ਕਰ ਦੇਣਾ ਹੈ। ਆ ਦੇਖੋ ਜੀ ਬਿਲਕੁਲ ਪੇੜਾ ਨਾ ਐਨ ਸਾਫ਼ ਹੋ ਗਿਆ, ਅਤੇ ਆਪਾਂ ਦੂਜਾ ਪਾਸਾ ਵੀ ਦਿਖਾਉਂਦੇ ਹਾਂ। ਹੁਣ ਆਪਾਂ ਇਹਨੂੰ ਵੇਲ ਲਾਂਗੇ ਜੀ ਐਵੇਂ ਕਰਕੇ, ਚਾਹੇ ਲੋਈਆ ਬਣਾ ਲਓ ਚਾਹੇ ਵੇਲ ਲਓ, ਆਪਾਂ ਰੋਟੀ ਬਣਾ ਕੇ ਵੀ ਉਹ 'ਚ ਆਲੂ ਭਰ ਸਕਦੇ ਹਾਂ। ਸਿੰਪਲ 'ਚ ਨੇ ਜੀ ਫੁੱਲ ਸਟੱਫ ਕਰੇ ਹੋਏ, ਬਿਲਕੁਲ ਭਰੇ ਹੋਏ ਨੇ। ਅਤੇ ਆਪਣਾ ਜਿਹੜਾ ਤਵਾ ਗਰਮ ਹੋ ਗਿਆ, ਅਤੇ ਆਪਾਂ ਦੇਸੀ ਘਿਓ ਦੇ ਪਰੌਂਠੇ ਬਣਾਵਾਂਗੇ ਜੀ। ਆ ਦੇਖੋ ਜੀ ਦੋਵੇਂ ਪਾਸੇ ਆਪਣੇ ਦਿਸ ਰਹੇ ਨੇ ਆਲੂ ਬਿਲਕੁਲ ਐਨ ਭਰੇ ਹੋਏ, ਫੁੱਲ ਸਟੱਫ ਕਰੇ ਹੋਏ। ਅਤੇ ਹੁਣ ਆਪਾਂ ਇਹਨੂੰ ਤਵੇ 'ਤੇ ਪਾ ਦਾਂਗੇ, ਆਪਣਾ ਤਵਾ ਬਿਲਕੁਲ ਗਰਮ ਹੈ। ਹੁਣ ਆਪਾਂ ਲਾ ਦਾਂਗੇ ਜੀ ਘੀ। ਇਹ ਜਿਹੜੇ ਲਾਲ ਆਲੂ ਨੇ ਨਾ ਵਿੱਚੋਂ ਨਹੀਂ ਨਿਕਲਦੇ ਹੈਗੇ, ਚਾਹੇ ਆਲੂ ਜਿਹੜੇ ਮਰਜ਼ੀ ਹੋਣ, ਮੈਂ ਤਾਂ ਕੁਦਰਤੀ ਹੋ ਜੀ ਜਦੋਂ ਪਰੌਂਠੇ ਬਣਾਉਂਦੀ ਹਾਂ ਤਾਂ ਫੁੱਲ ਸਟੱਫ ਹੋ ਜਾਂਦੇ ਨੇ, ਬਿਲਕੁਲ ਨਹੀਂ ਨਿਕਲਦੇ ਹੈਗੇ। ਇਹ ਤਾਂ ਫਿਰ ਦੂਜੇ ਆਲੂ ਨੇ ਤਾਂ ਬਿਲਕੁਲ ਹੀ ਨਹੀਂ ਨਿਕਲਦੇ ਜੀ, ਜਿੰਨੇ ਮਰਜ਼ੀ ਜੀ ਆਪਾਂ ਭਰ ਭਰ ਬਣਾ ਸਕਦੇ ਹਾਂ ਇਹਨਾਂ ਨੂੰ। ਹੁਣ ਆਪਾਂ ਬਿਲਕੁਲ ਨੇੜੇ ਤੋਂ ਤੁਹਾਨੂੰ ਆਪਣੇ ਪਰੌਂਠੇ ਦਿਖਾਉਂਦੇ ਹਾਂ ਜੀ। ਆਪਾਂ ਨੇ ਦੇਸੀ ਘੀ ਇੱਧਰ ਆਪਣੇ ਬਣ ਰਹੇ ਨੇ, ਦੇਖੋ ਫੁੱਲ ਭਰੇ ਭਰੇ
आलू के परौंठे ते हुण आपां इहदा पासा पलट दांगे। देखो इधरों किन्ना सोहना रड़ गया, अंदर ना कुछ लाइटिंग जी एवें हो जाती, अंदर चंगी तरह दिखाई नहीं दिंदा हैगा। लो जी भैने छको जी गर्म गर्म। तो हूँ आप एक थाल दे विच दही रखे पे, परौंठा रख के फड़ा के आने जी। अपना आ परौंठा भी तैयार होने वाला जी, इहनू भी आपां घी लाउने आ। इधर अपना तैयार करिया पे आपां फड़ा के आउने आ जी। इधर अपनी पिट्ठी पई है, आह आटा नाल दी नाल छको जी। ਆਪਾਂ ਇਹ ਰੋਟੀ ਬਣਾ ਕੇ ਵਿੱਚ ਰੱਖ ਲੈਣਾ ਆਲੂ, ਐਂ ਇਕੱਠਾ ਜਿਹਾ ਕਰ ਲੈਣਾ ਜੀ, ਫੈਲਾਉਣਾ ਨਹੀਂ ਹੈਗਾ। ਇਹਦੇ ਉੱਤੇ ਆਪਾਂ ਨੇ ਐਵੇਂ ਐਵੇਂ ਬਿਲਕੁਲ ਇਹਨੂੰ ਫੋਲਡ ਕਰੀ ਜਾਣਾ। ਦੇਖੋ ਚੱਕ ਚੱਕ ਕੇ ਜਦੋਂ ਇਹ ਹੋ ਗਿਆ ਆਪਾਂ ਨੇ ਇੱਥੇ ਇਹਦਾ ਲੋਈਆ ਜਿਹਾ ਬਣਾ ਦੇਣਾ ਜੀ। ਆਹ ਦੇਖੋ ਅਤੇ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਪਲੇਥਾਂ ਲਾ ਲਾਂਗੇ। फिर बिल्कुल पोले हाथों नाल बेलना। जड़ा परौंठा ना बिल्कुल देखो बिल्कुल बाहर नहीं निकलता जी। तुम चाहो तो थोड़ा जहा घी पहला ला सकते थले, लगन तो नहीं ला भी सी थोड़ी अपनी इच्छा। जब पक जूगा जी फिर आप देखो जो पासा थल देंगे, फिर तो इनू ला के तैयार कर देंगे। तो जी आप पासा पलट देंगे तो बड़े बड़े आलू के गर्म गर्म परौंठे लेंदे लेंदे छको जी। इन्हें गर्म गर्म लेंदे परौंठे इन्ने ज्यादा पोले होंगे ने, बच्चे बजुर्ग सारे छक सकते हैं जी। आपां ने जी थोड़ा जा कैड़ा जा खाना हो फिर गैस घट करके आपां इन्हूं ऐसे सेकना धर दो, ये पे आपे थोड़ा जा कैड़ा जा हो जूगा। ਲਓ ਜੀ ਆਪਾਂ ਬਣਾ ਰਹੇ ਹਾਂ ਇੱਧਰ ਸਾਰੇ, ਮਤਲਬ ਤੁਹਾਨੂੰ ਦੱਸਿਆ ਵੀ ਗਰਮ ਗਰਮ ਛੱਕ ਰਹੇ ਨੇ ਜੀ। ਅਤੇ ਆਪਣੇ ਹਾਜ਼ਰੀ ਪਾਣੀ ਦਾ ਕੰਮ ਹੈ ਜਿਹੜਾ ਜਦੋਂ ਆਪਾਂ ਬਣਾਉਂਦੇ ਹਾਂ ਉਹਦੇ ਨਾਲ ਦੀ ਨਾਲ ਨਿਬੜ ਜਾਂਦਾ ਜੀ। ਹੁਣ ਆਪਣਾ ਰੋਟੀ ਪਾਣੀ ਦਾ ਕੰਮ ਤਕਰੀਬਨ ਨਿਬੜ ਗਿਆ।